मैं समूह मेहमानों नूं राष्ट्रीय गान लई खड़े होने लई बेनती करता हाँ। माननीय राज्यपाल जी नूं सहुं चुक समागम आरंभ करन दी प्रवानगी देण लई बेनती करदा हां। मैं हुण श्री भगवंत मान जी नूं बेनती करदा हां कि ओह मुख्यमंत्री दे अहुदे अते भेत गुप्त रखण दी सहुं चुकण दी कृपालता करन। मैं हुण माननीय राज्यपाल जी नूं बेनती करदा हां कि ओह श्री भगवंत मान जी नूं मुख्यमंत्री दे अहुदे अते भेत गुप्त रखण दी सहुं चुकवाउण दी कृपालता करन। मैं भगवंत मान ईश्वर दी सहुं चुकदा हाँ कि मैं कानून द्वारा स्थापित भारत दे संविधान दे प्रति सच्ची श्रद्धा ते निष्ठा रखांगा, कि मैं भारत दी प्रभुता अते अखंडता नूं बरकरार रखांगा, कि मैं पंजाब राज दे मुख्यमंत्री वजों अपने कर्तव्यां नूं वफादारी ते शुद्ध अंतकरण नाल निभावांगा, अते मैं भय जां पक्षपात स्नेह जां दुर्भावना बिना सब तरह के लोगों के प्रति संविधान अते कानून नूं अनुसारता विच न्याय करांगा। मैं भगवंत मान ईश्वर की सहुं चुकदा हाँ कि जो
कोई मामला पंजाब राज दे मुख्यमंत्री वजो मेरे विचार अधीन लिया जाएगा जा मैनू ज्ञात होगा वह किसी व्यक्ति ज व्यक्तियों नू सवाए उसके कि अजिहे मुख्यमंत्री वजो अपने कर्तव्यों के ठीक निभाने अजिहा करना लोड़ीदा हो मैं सीधे ज असिधे तौर पर ना दसागा ना प्रगट करा। इनकलाब जिंदाबाद। मैं माननीय राज्यपाल जी नूं सहुं चुक समागम समाप्त करन दी प्रवानगी देण लई बेनती करदा हाँ। मैं समूह मेहमानां नूं राष्ट्रीय गान लई खड़े होण लई बेनती करदा हाँ। मैं सहुं चुकाउण दा समागम समाप्त करन दा ऐलान करदा हाँ। पवित्र स्थान दे उत्ते पंजाब दे कोने कोने चों भगत सिंह होरां दे जद्दी पिंड उन्हां दे दर्शन करन आए हो और सहुं चुक समागम दे विच तुसीं शामिल होए हो, मैं तुहाडा बहुत बहुत तहि दिल तों धन्नवाद करदा। मेरे खब्बे पासे दिल्ली दी कैबिनेट बैठी है, मुख्यमंत्री साहब, डिप्टी मुख्यमंत्री साहब, साडे सारे मंत्री साहबान, ते मेरे सज्जे पासे ओ कन्नवे बैठे ने जिन्होंने बहुत वड्डियां जित्तां प्राप्त कीतियां। एक बारी ताड़ियां नाल स्वागत किया जाए। वीरो इत्थे आउण दी एक खास वजह है। पहला सहुं चुक समागम महिला च क्रिकेट स्टेडियम च जां राजभवन च हुंदे सी, हुण इह सहुं चुक समागम
ਸ਼ਹੀਦਾਂ ਦੇ ਪਿੰਡਾਂ 'ਚ ਆਏ ਨੇ, ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਮੁਲਕ ਲੈ ਕੇ ਦਿੱਤਾ ਹੈ ਉਹਨਾਂ ਨੂੰ ਯਾਦ ਤਾਂ ਕਰੀਏ, ਇਕੱਲਾ 23 ਮਾਰਚ ਜਾਂ 28 ਸਤੰਬਰ ਨੂੰ ਥੋੜ੍ਹੀ ਯਾਦ ਕਰਨਾ, ਉਹ ਤਾਂ ਸਾਡੇ ਦਿਲ 'ਚ ਵੱਸਦੇ ਆ ਭਗਤ ਸਿੰਘ ਹੋਰੀ ਦਾ ਮੱਥਾ ਟੇਕ ਕੇ ਸਕੂਨ ਮਿਲਿਆ। ਮੇਰੇ ਲਈ ਖਟਕੜ ਕਲਾਂ ਕੋਈ ਨਵਾਂ ਨਹੀਂ, ਮੈਂ ਬਹੁਤ ਵਾਰ ਇੱਥੇ ਆਉਂਦਾ ਰਹਿੰਦਾ। ਭਗਤ ਸਿੰਘ ਹੋਰਾਂ ਨੇ ਸੁਪਨੇ ਲਏ ਸੀ ਜਿਹੜੀ ਆਜ਼ਾਦੀ ਦੇ, ਉਹ ਆਜ਼ਾਦੀ ਆਮ ਘਰਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ। ਤੁਸੀਂ ਸਾਥ ਦਿੱਤਾ, ਕਈ ਜਨਮ ਲੈਣੇ ਪੈਣਗੇ ਤੁਹਾਡੇ ਇਸ ਪਿਆਰ ਦਾ ਕਰਜ਼ਾ ਉਤਾਰਨ ਲਈ। ਜਿੰਨਾ ਪਿਆਰ ਤੁਸੀਂ ਦਿੱਤਾ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਂ ਵੀ ਹੋ ਸਕਦਾ। ਮੈਂ ਅੱਜ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ, ਮੈਂ ਤੁਹਾਨੂੰ ਵੀ ਇੱਕ ਦੋ ਗੱਲਾਂ ਕਹਿਣੀਆਂ ਨੇ। ਹੰਕਾਰ ਨਹੀਂ ਕਰਨਾ, ਇਹ ਨਹੀਂ ਕਿਸੇ ਘਰ ਮੂਹਰੇ ਜਾ ਕੇ ਲਲਕਾਰਾ ਨਹੀਂ ਮਾਰਨਾ ਕਿ ਅਸੀਂ ਜਿੱਤ ਗਏ, ਇਹ ਹੋ ਗਿਆ, ਉਹ ਹੋ ਗਿਆ, ਕੋਈ ਗੱਲ ਨਹੀਂ। ਜਿਨ੍ਹਾਂ ਨੇ ਆਪਾਂ ਨੂੰ ਵੋਟਾਂ ਨਹੀਂ ਵੀ ਪਾਈਆਂ, ਆਪਾਂ ਉਹਨਾਂ ਦੇ ਵੀ ਮੁੱਖ ਮੰਤਰੀ ਹਾਂ, ਆਪਾਂ ਉਹਨਾਂ ਦੀ ਵੀ ਸਰਕਾਰ ਹੈ, ਇਹ ਕੋਈ ਗੱਲ ਨਹੀਂ। ਡੈਮੋਕ੍ਰੇਸੀ ਹੈ, ਹਰੇਕ ਨੂੰ ਹੱਕ ਹੈ। ਸੁੱਕ 'ਤੇ ਕੋਈ ਇਸ ਤਰ੍ਹਾਂ ਦੀ ਖਬਰ ਨਾ ਆਵੇ ਕਿ ਦੇਖੋ ਜੀ ਇਹ ਹੰਕਾਰ ਕਰ ਗਏ, ਨਹੀਂ। ਹੰਕਾਰ ਦਾ ਸਿਰ ਨੀਵਾਂ ਹੁੰਦਾ, ਕਿਉਂਕਿ ਵਕਤ ਬਹੁਤ ਵੱਡੀ ਚੀਜ਼ ਹੈ, ਪਬਲਿਕ ਵੀ ਬਹੁਤ ਵੱਡੀ ਚੀਜ਼ ਹੈ। ਪਬਲਿਕ ਜਦੋਂ ਚਾਹੇ ਬੰਦਾ ਅਰਸ਼ 'ਤੇ, ਪਬਲਿਕ ਜਦੋਂ ਚਾਹੇ ਬੰਦਾ ਫਰਸ਼ 'ਤੇ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਸੋਚਿਆ ਸੀ, ਉਹਨਾਂ ਨੂੰ ਇਹ ਬਿਲਕੁਲ ਫਿਕਰ ਨਹੀਂ ਸੀ ਕਿ ਦੇਸ਼ ਆਜ਼ਾਦ ਕਿਵੇਂ ਹੋਊਗਾ। ਉਹਨਾਂ ਨੂੰ ਫਿਕਰ ਇਸ ਗੱਲ ਦਾ ਸੀਗਾ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਆਊਗਾ, ਔਰ ਉਹਨਾਂ ਦਾ ਡਰ ਜਿਹੜਾ, ਫਿਕਰ ਜਿਹੜਾ, ਉਹ ਸਹੀ ਵੀ ਸਾਬਤ ਹੋਇਆ। ਜਿਨ੍ਹਾਂ ਹੱਥਾਂ 'ਚ ਆਇਆ 70 ਸਾਲ ਤੋਂ ਕੁਛ ਨਹੀਂ ਹੋਇਆ। ਅਸੀਂ ਤਾਂ ਬਾਹਰ ਨੂੰ ਭੱਜੀ ਜਾਂਦੇ ਹਾਂ, ਅਸੀਂ ਤਾਂ ਵੀਜ਼ੇ ਲਵਾ ਲਵਾ ਕੇ ਉਹਨਾਂ ਕੋਲ ਜਾਈ ਜਾਂਦੇ ਹਾਂ ਜਿਨ੍ਹਾਂ ਨੂੰ ਕੱਢਣ ਲਈ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧੇ ਜਿਹੜੇ ਨੇ ਉਹਨਾਂ ਨੇ ਫਾਂਸੀ ਦੇ ਰੱਸੇ ਚੁੰਮੇ। ਸੋ ਆਪਾਂ ਇੱਥੇ ਹੀ ਰਹਿਣਾ, ਆਪਾਂ ਇੱਥੇ ਰਹਿ ਕੇ ਆਪਣਾ ਮੁਲਕ ਹੀ ਠੀਕ ਕਰਾਂਗੇ, ਆਪਾਂ ਆਪਣਾ ਮੁਲਕ ਠੀਕ ਕਰਾਂਗੇ, ਨਹੀਂ ਬਗਾਨੇ ਦਰਾਂ 'ਤੇ ਆਪਾਂ ਨੇ ਧੱਕੇ ਖਾਣੇ। ਉੱਥੋਂ ਫਿਰ ਇੱਧਰ ਨੂੰ ਲਿਆਉਣ ਵਾਸਤੇ ਤੜਫੀ ਜਾਂਦੇ ਰਹਿੰਦੇ ਹਾਂ, ਕੋਈ ਕਹਿੰਦੇ ਲਾਸ਼ ਹੀ ਮੰਗਾ ਦਿਉ ਜੀ। ਸੋ ਵੀਰੋ, ਤੁਹਾਡੇ ਨਾਲ ਦੇ ਹਾਂ, ਤੁਹਾਡੇ ਵਰਗੇ ਹਾਂ, ਅਸੀਂ ਰਹਾਂਗੇ ਔਰ ਕੰਮ ਕਰਾਂਗੇ, ਬੇਰੁਜ਼ਗਾਰੀ ਤੋਂ ਲੈ ਕੇ ਖੇਤੀ, ਵਪਾਰ, ਕਰਪਸ਼ਨ, ਸਕੂਲ, ਹਸਪਤਾਲ, ਬਹੁਤ ਤਾਣੀ ਉਲਝੀ ਪਈ ਹੈ। ਰੇਹ ਦੀ ਬੋਰੀ ਹੁੰਦੀ ਹੈ ਜਿਹੜੀ, ਜੇ ਉਹਨੂੰ ਉੱਠੇ ਪਾਸਿਓਂ ਖੋਲ੍ਹਣ ਲੱਗ ਜਾਓ ਤਾਂ ਅੱਧਾ ਦਿਨ ਲੱਗ ਜਾਂਦਾ, ਜੇ ਕਿਤੇ ਉਹਦਾ ਇੱਕ ਸਿਰਾ ਲੱਭ ਜੇ ਇੱਧਰਲੇ ਪਾਸਿਓਂ ਉਹ ਅੱਧੇ ਸਕਿੰਟ 'ਚ ਖੁੱਲ੍ਹ ਜਾਂਦੀ ਹੈ। ਆਪਾਂ ਇਸ ਉਲਝੀ ਹੋਈ ਤਾਣੀ ਦਾ ਸਿਰਾ ਲੱਭਾਂਗੇ, ਸਹੀ ਵਾਲਾ ਸਿਰਾ, ਤੁਹਾਡੇ ਸਹਿਯੋਗ ਨਾਲ। ਸ਼ਹੀਦ ਆਜ਼ਮ ਭਗਤ ਸਿੰਘ ਦਾ ਇੱਕ ਸ਼ੇਰ, ਉਹ ਕਹਿੰਦੇ ਇਸ਼ਕ ਕਰਨਾ ਸਭ ਕਾ ਪੈਦਾਇਸ਼ੀ ਹੱਕ ਹੈ, ਇਸ਼ਕ ਕਰਨਾ ਸਭ ਕਾ ਪੈਦਾਇਸ਼ੀ ਹੱਕ ਹੈ, ਕਿਉਂ ਨਾ ਇਸ ਵਾਰ ਵਤਨ ਕੀ ਸਰ ਜ਼ਮੀਂ ਕੋ ਮਹਿਬੂਬ ਬਣਾ ਲਿਆ ਜਾਏ। ਦੇਸ਼ ਦੀ ਮਿੱਟੀ ਨੂੰ ਪਿਆਰ ਕਰੋ, ਬਹੁਤ ਕਰਮਾਂ ਵਾਲੀ ਮਿੱਟੀ ਹੈ, ਬਹੁਤ ਉਪਜਾਊ ਮਿੱਟੀ ਹੈ। ਧਰਤੀ ਨੂੰ ਮਾਂ ਦਾ ਦਰਜਾ, ਗੁਰੂ ਨਾਨਕ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤਾਂ ਅਸੀਂ ਇਹ ਤਿੰਨੇ ਦਰਜੇ ਕਾਇਮ ਰੱਖਣੇ ਨੇ, ਕਾਇਮ ਬਣਾਉਣੇ ਨੇ। ਤੁਹਾਡਾ ਸਹਿਯੋਗ ਚਾਹੀਦਾ ਹੋਊਗਾ, ਇਕੱਲੇ ਇਕੱਲੇ ਬੰਦੇ ਨੂੰ ਸਾਥ ਦੇਣਾ ਪਊਗਾ। ਅਸੀਂ ਸਾਥ ਹੀ ਮੰਗਿਆ ਸੀ ਤੁਸੀਂ, ਤੁਹਾਡੇ ਤੋਂ ਤੁਸੀਂ ਦਿੱਤਾ। ਜਿਵੇਂ ਦਿੱਲੀ ਦੇ ਵਿੱਚ ਲੋਕ ਸਕੂਲ ਦੇਖਣ ਆਉਂਦੇ ਆ, ਵਿਦੇਸ਼ਾਂ 'ਚੋਂ ਮੁਹੱਲਾ ਕਲੀਨਿਕ ਦੇਖਣ ਆਉਂਦੇ ਆ, ਬਿਲਕੁਲ ਉਸੇ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਸਕੂਲ, ਹਸਪਤਾਲ ਇਸ ਤਰ੍ਹਾਂ ਦੇ ਬਣਾਵਾਂਗੇ ਕਿ ਬਾਹਰਲੇ ਮੁਲਕਾਂ ਵਾਲੇ ਇੱਥੇ ਆ ਕੇ ਦੇਖ ਕੇ ਫੋਟੋ ਖਿਚਾ ਕੇ ਜਾਇਆ ਕਰਨ ਕਿ ਆ ਹੈਗਾ। ਤੁਸੀਂ ਇਤਿਹਾਸ ਰਚਤਾ, 10 ਮਾਰਚ ਨੂੰ ਪੰਜਾਬੀਆਂ ਦਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਔਰ ਆਉਣ ਵਾਲੇ ਸਾਲਾਂ 'ਚ ਸਿਲੇਬਸ 'ਚ ਪੜ੍ਹਾਇਆ ਜਾਇਆ ਕਰੂਗਾ ਕਿ ਲੋਕਾਂ ਨੇ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਲਾਲਚ ਤੋਂ ਵੋਟਾਂ ਪਾਉਣੀਆਂ ਕਦੋਂ ਸ਼ੁਰੂ ਕੀਤੀਆਂ ਸੀ। ਉਹਦਾ ਸਹੀ ਉੱਤਰ ਹੋਊਗਾ 20 ਫਰਵਰੀ 2022, ਅਤੇ 10 ਮਾਰਚ ਨੂੰ ਉਹਦਾ ਰਿਜ਼ਲਟ ਆ ਗਿਆ। ਸੋ ਪਰਮਾਤਮਾ ਤੋਂ ਵੀ ਇਹੀ ਮੰਗਿਆ, ਸ਼ਹੀਦਾਂ ਦੇ ਮੱਥਾ ਟੇਕ ਕੇ ਵੀ ਇਹੀ ਅਰਦਾਸ ਕੀਤੀ ਹੈ, ਸਮੱਤ ਬਖਸ਼ਿਓ, ਬਲ ਬਖਸ਼ਿਓ, ਅਸੀਂ ਤਾਂ ਤੁਹਾਡੇ ਪੈਰਾਂ ਦੀ ਧੂੜ ਦਾ ਤਿਣਕਾ ਵੀ ਨਹੀਂ ਹੈਗੇ, ਅਸੀਂ ਤਾਂ ਤੁੱਛ ਜਿਹੇ ਹਾਂ,
बस जो पब्लिक नाल हो जाती है फिर जो मर्जी बना लो तुसी सानू। सो इस करके मैं अरविंद केजरीवाल जी का खास तौर पर धन्यवाद करूँगा जिन्होंने 20-20 दिन भुख हड़ताल रख के पार्टी बनाई, जिन्होंने अंदोलन दे विचों पार्टी लिया के देश के मूहरे दी, तो जिहड़ी पार्टी पूरे देश की राजनीति में सुधार रही। एक बार जोरदार ताड़ियाँ चाहूँगा मैं उन्होंने नैशनल कन्वीनर लिए। मनीष सिसोदिया जी बैठे ने, सो बहुत चिर का सुपना सी कि कदे मौका मिले तो शहीद आजम के पिंड, कोई जिम्मेवारी मिले तो शहीद आजम के पिंड जाके मत्था टेक के उस जिम्मेवारी निभाउण दा हल्फ लईए। सौ चुकी है, तुसी बहुत दूरों दूरों आए हो, बड़ी देर तो बैठे हो, तो अज ही काम शुरू हो जूगा। आपां कोई दिन वेस्ट नहीं करना क्योंकि बहुत लेट हाँ, हजे 70 साल लेट होए पए हां। आपां अज तो ही काम शुरू होगा। तो मैं एक बार फिर कहना कि हौली आराम नाल ठरमे नाल चलांगे, किसे नूं कोई भद्दी शब्दावली जां सोशल मीडिया ते कोई किसे नाल लड़ना नहीं, ठीक है ना। लगे लोगों को कि हाँ यार सियाने लोग आए हुए ने, सियाने ने, वधिया बंदे ने, ये देश दे प्रति सोचते हैं। सो मैं आही तुहानूं बेनतियां करनियां सी। अखीर दे विच मैं एक शेयर बोलूँगा कि हुकूमत वो करते हैं जिनका दिलों पर राज होता है, यूँ कहने को तो मुर्गे के सर पर भी ताज होता है। सो तुसीं सानू अपने दिलों जगह दिती है। देखो अपने दिलों देखो शहीद आजम भगत सिंह होरां दी फोटो हर साल आप कैलेंडर दिवाली वाले दिन जां नवें साल वाले दिन ले आउने आ। श्री गुरु गोबिंद सिंह जी की श्री गुरु नानक देव जी की दसे गुरुआं की फोटो का नवा कैलेंडर ले आउने आ हर साल। क्यों लेके आउने आ? क्योंकि उन्होंने बैंकों च खाते नहीं खिलाए, उन्होंने साडे दिलों च खाते खिलाए होंगे ने। तो जिहड़े दिलों च खाते खुल जाते हैं ना उन्होंने फिर परमात्मा जिहड़ा है आशीर्वाद दिंदा रहिंदा। दोनों हाथ उपर चक के दो नारे ला दिओ, इनकलाब इनकलाब बोले सो निहाल। हौली जायो, आराम नाल जायो, तुहाडी बहुत लोड़ है पंजाब नूं। हफड़ा दफड़ी ना करियो, बजुर्ग भी ने, मावां ने, भैणां ने, बच्चे ने, आराम नाल हौली हौली जायो। बहुत बहुत तुहानूं मुबारकां, सारां नूं बहुत बहुत वधाईआं, धन्नवाद। शहीद आजम सरदार भगत सिंह दे सुपनिया नूं साकार करन लई श्री भगवंत मान जी ने पंजाब दे लोकां दी कचहरी च जाके एक नवें पंजाब दी सिरजना लई साथ देण दी कीती फरियाद नूं पंजाब दे लोकां ने पंजाब दे लोकां वल्लों दित्ते इनकलाबी हुंगारे कारण ही अज आम आदमी पार्टी वल्लों एक इतिहासक जित हासिल कीती गई है। अज देश दी खड़क भुजा गुरुआं देवी देवत्यां पीरां फकीरां ते आजादी संग्रामियां दी धरती पंजाब दी वांगडोर श्री भगवंत मान नूं सौंपी गई है। पंजाब ने अज एक इनकलाबी सफर की शुरुआत की है क्योंकि शहीद आजम सरदार भगत सिंह ने नौजवान भारत सभा के मैनीफेस्टो विच कहा सी कि इनकलाब का अर्थ सिर्फ हाकमां की तब्दीली नहीं होवेगा, सब तो वध के इसका अर्थ होवेगा एक बिल्कुल नवे ढांचे ते नवे राज प्रबंध की स्थापना करना। शहीद आजम साहब भगत सिंह ने अक्तूबर 1929 नूं भी पंजाब स्टूडेंट यूनियन कॉन्फ्रेंस विच भेजे अपने संदेश कहा सी कि इनकलाब अजिही आजादी लियावेगा जिस विच आदमी दे हथों आदमी की लुट खसुट असंभव हो जाएगी। असी परमात्मा कोल अरदास करते हाँ कि वह पंजाब की बेहतरी अते एक नवा पंजाब सिरजन लई इस नौजवान आगू ते लोक सेवा दे मुजस्मे सरदार भगवंत मान नूं हिम्मत ते बल बख्शे। वाहिगुरु जी का खालसा, वाहिगुरु जी की फतेह। इनकलाब जिंदाबाद। तुहाडा सारयां दा इत्थे पुज्जण ते पंजाब सरकार की तरफों धन्नवाद करदे आं। पंजाब दूर दराडे नाल दे राज्यां तों भी बहुत वड्डी गिणती विच शहीद आजम सरदार भगत सिंह दे इस जद्दी पिंड खटकड़ कलां विखे